श्रीकाल दोस्तों, किसान अंदोलन दे विच तुहानू वख-वख चीज़ां वेखण नू मिलणगियां। अज मैं जिहड़ा इत्थे आया ये हैगी आ घोलिया खुरद वालियां दी हवेली। तो हवेली दे विच उन्होंने सारा कुछ बड़ा अच्छे तरीके नाल मेनटेन कीता है। अते अपनी जिहड़ा है किसान होण दा जिहड़ा हैगा एक प्रूफ आ, एक तरह दा वी किस तरह जिहड़े किसान आ क्रिएटिव ने, किस तरह उह जिहड़ा हैगा कुदरत दे नेड़े रहिंदे ने, कुदरत नूं प्यार करदे ने। जिथे भी किसान जांदे आ उत्थे रौनकां ला दिंदे आ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਡਿਵਾਈਡਰਾਂ ਦੇ ਉੱਪਰ ਜਿੱਥੇ ਕਦੇ ਜਿਹੜਾ ਹੈਗਾ ਬਦਬੂ ਮਾਰਦੀ ਸੀ, ਖੜ੍ਹਨ ਨੂੰ ਕਿਸਦਾ ਜੀ ਨਹੀਂ ਕਰਦਾ ਸੀ, ਉੱਥੇ ਕਿਸਾਨ ਹਵੇਲੀ ਘੋਲੀਆ ਉਹਨਾਂ ਨੇ ਜਿਹੜਾ ਹੈਗਾ ਫੁੱਲ ਬੂਟੇ ਲਾ ਕੇ ਬਕਾਇਦਾ ਤੌਰ 'ਤੇ ਤੁਹਾਨੂੰ ਦਿਖਾ ਸਕਦੇ ਹਾਂ ਕਿ ਕਿਸ ਤਰ੍ਹਾਂ ਜਿਹੜੇ ਫੁੱਲ ਬੂਟੇ ਲਾਇਆ। ਉਸ ਤੋਂ ਬਿਨਾਂ ਜਿਹੜਾ ਸੜਕਾਂ ਬਣਾਈਆਂ ਹੋਈਆਂ ਬਕਾਇਦਾ ਤੌਰ 'ਤੇ, ਜਿਹਦੇ ਵਿੱਚ ਤੁਸੀਂ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਰਨਵੇ ਆ ਤੁਸੀਂ ਜਾ ਸਕਦੇ ਹੋ। ਉਸ ਤੋਂ ਬਿਨਾਂ ਜਿਹੜੇ ਹੈਗੇ ਆ ਟੈਂਟ ਲਾਏ ਹੋਏ ਆ, ਟੈਂਟਾਂ ਦੇ ਅੰਦਰ ਵੀ ਤੁਹਾਨੂੰ ਦਿਖਾਵਾਂਗੇ। ਉਸ ਤੋਂ ਬਿਨਾਂ ਜਿਹੜਾ ਹੈਗਾ ਇੱਕ ਪਾਰਕ ਆ ਨਾਲ, ਦੇਖੋ ਬਹਿਣ ਵਾਸਤੇ ਜਿਹੜਾ ਹੈਗਾ ਪਾਰਕ ਬਣਾਇਆ ਹੋਇਆ। ਉਸ ਤੋਂ ਬਿਨਾਂ ਜਿਹੜਾ ਇੱਧਰਲੇ ਪਾਸੇ ਸਾਡੇ ਜਿਹੜੇ ਨੌਜਵਾਨ ਬਜ਼ੁਰਗ ਹੋਰ ਸਾਡੀਆਂ ਭੈਣਾਂ ਜਦੋਂ ਵੀ ਜਿਹਨਾਂ ਦਾ ਵੀ ਸਮਾਂ ਲੱਗਦਾ ਕਿਤੇ ਬਹਿ ਕੇ ਗੱਲਾਂ ਬਾਤਾਂ ਕਰਦੇ ਆ, ਉਹ ਤੋਂ ਬਿਨਾਂ ਪਿੱਛੇ ਜਿਹੜੇ ਹੈਗੇ ਆ ਜੇ ਦਿਖਾਇਆ ਜਾਵੇ ਤਾਂ ਕਿਸਾਨ ਘੋਲੀਆ ਹਵੇਲੀ ਘੋਲੀਆ ਪੋਲ ਨੰਬਰ 28, ਤਾਂ ਉਹਦੇ ਪਿੱਛੇ ਜਿਹੜੇ ਟੈਂਟ ਲੱਗੇ ਹੋਏ ਆ ਜਿੱਥੇ ਰਾਤ ਨੂੰ ਵਿਸ਼ਰਾਮ ਘਰ ਬਣਦਾ, ਤਾਂ ਕੁਦਰਤ ਦਾ ਜਿਹੜਾ ਹੈਗਾ ਸੁਮੇਲ ਅਤੇ ਕਿਸਾਨੀ ਸੰਘਰਸ਼ ਦਾ ਸੁਮੇਲ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਤੇ ਲਗਾਤਾਰ ਜਿਹੜਾ ਹੁਣ ਵੀ ਜਿਹੜਾ ਹੈਗਾ ਵੱਡੇ ਟੈਂਟ ਆ, ਜਿਵੇਂ ਮੰਨ ਲਓ ਇਸ ਦੇ ਵਿੱਚ ਸਪੈਸ਼ਲ ਤੌਰ 'ਤੇ ਲਿਖਿਆ ਹੋਇਆ ਵੀ ਜਿਹੜਾ ਸਫਾਈ ਦਾ ਧਿਆਨ ਰੱਖਿਆ ਜਾਵੇ ਜੀ, ਤੰਬੂਆਂ ਅੰਦਰ ਬਿਨਾਂ ਆਗਿਆ ਤਾਂ ਆਉਣਾ ਮਨਾ ਹੈ, ਤਾਂ ਕਿ ਕੋਈ ਜਿਹੜਾ ਹੈਗਾ ਅਜਨਬੀ ਬੰਦਾ ਇੱਥੇ ਨਾ ਆਵੇ। ਅਤੇ ਲਗਾਤਾਰ ਹਜੇ ਵੀ ਜਿਹੜਾ ਹੈਗਾ ਮੁੰਡੇ ਕੰਮ ਕਰ ਰਹੇ ਆ, ਹਜੇ ਇਹ ਬਣਾ ਰਹੇ ਆ, ਹਜੇ ਪੂਰੀ ਤਰ੍ਹਾਂ ਜਿਹੜਾ ਹੈਗਾ ਇਹਨੂੰ ਬਣਾਉਣ ਦੇ ਵਿੱਚ ਟਾਈਮ ਲੱਗ ਜਾਣਾ। ਜਿਵੇਂ ਤੁਸੀਂ ਦੇਖ ਸਕਦੇ ਬੂਟੇ ਰੱਖੇ ਹੋਏ ਆ, ਅਤੇ ਜਿਹੜੀ ਆਹ ਲੇਨ ਹੈ ਜਿਹੜੀਆਂ ਤੁਸੀਂ ਦਿਖਾ ਰਿਹਾ ਮੈਂ ਉੱਪਰ ਡਿਵਾਈਡਰ ਦੇ ਨਾਲ ਨਾਲ ਆ ਜਿਹੜੀਆਂ ਲੇਨਸ ਆ, ਇਹਨਾਂ ਦੇ ਵਿੱਚ ਜਿਹੜੇ ਹੈਗਾ ਫੁੱਲ ਬੂਟੇ ਲਾਏ ਗਏ ਆ। ਪਰ ਹੁਣੇ ਮੇਰੀ ਗੱਲ ਹੋਈ ਆ ਸਰਪੰਚ ਸਾਹਿਬ ਨਾਲ, ਉਹ ਕਹਿੰਦੇ ਵੀ ਅਸੀਂ ਇੱਥੇ ਹੁਣ ਜਿਹੜਾ ਹੈਗਾ ਇੰਡੀਆ ਦਾ ਨਕਸ਼ਾ ਬਣਾਉਣਾ, ਅਤੇ ਨਾਲ ਨਾਲ ਜਿਹੜਾ ਹੈਗਾ ਘਾਹ ਲਾ ਕੇ ਦਿਖਾਇਆ ਜਾਵੇ ਤਾਂ ਪੌੜੀਆਂ ਦੇ ਉੱਪਰ ਜਿਹੜਾ ਹੈਗਾ ਚੜ੍ਹਾਇਆ ਗਿਆ। ਸੋ ਜਿਹੜਾ ਹੈਗਾ ਕਿਸਾਨ ਅੰਦੋਲਨ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਅਲੱਗ ਅਲੱਗ ਰੂਪ ਵੇਖਣ ਨੂੰ ਮਿਲਣਗੇ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪਾਣੀ ਦਾ ਪ੍ਰਬੰਧ ਹੈ, ਫਲੱਸ਼ ਦਾ ਪ੍ਰਬੰਧ ਹੈ, ਅਤੇ ਉਹ ਤੋਂ ਬਿਨਾਂ ਜਿਹੜਾ ਵਿਸ਼ਰਾਮ ਘਰ ਹੈ ਉਹ ਬਣਾਏ ਗਏ ਆ। ਬਹੁਤ ਵੱਡੀ ਹਵੇਲੀ ਆ ਜਿਹੜੀ ਘੋਲੀਆ ਵਾਲਿਆਂ ਨੇ ਬਣਾਈ ਆ। ਤਾਂ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਕਿਸਾਨ ਆ, ਇੱਕ ਪਾਸੇ ਰੌਲਾ ਪਾਇਆ ਜਾ ਰਿਹਾ ਫੇਸਬੁੱਕਾਂ ਦੇ ਉੱਤੇ ਕਿ ਕਿਸਾਨ ਤਾਂ ਘਰਾਂ ਨੂੰ ਉੱਠ ਗਏ ਜੀ, ਕਿਸਾਨਾਂ ਨੂੰ ਤਾਂ ਇਹ ਹੋ ਗਿਆ ਜੀ, ਕਿਸਾਨਾਂ ਨੂੰ ਉਹ ਹੋ ਗਿਆ ਜੀ, ਠੀਕ ਹੈ। ਤਾਂ ਤੁਸੀਂ ਇੱਕ ਪਾਸੇ ਇਹ ਦੇਖੋ ਕੀ ਤੁਹਾਨੂੰ ਲੱਗਦਾ ਕਿਸੇ ਇੱਥੇ ਆ ਕੇ ਵੀ ਕਿਤੇ ਕਿਸਾਨ ਆ ਜਿਹੜੇ ਘਰਾਂ 'ਚੋਂ ਜਾ ਸਕਦੇ ਆ। ਕਿਸਾਨਾਂ ਨੇ ਇੱਥੇ ਪੱਕੇ ਤੌਰ 'ਤੇ ਪ੍ਰਬੰਧ ਕੀਤੇ ਹੋਏ, ਮੈਂ ਦਿਖਾਉਣਾ ਤੁਹਾਨੂੰ ਅੰਦਰ ਆ ਕੇ ਕਿ ਇੱਥੇ ਜਿਹੜਾ ਹੈਗਾ ਹੁਣ ਗਰਮੀਆਂ ਦੇ ਵਿੱਚ ਪ੍ਰਬੰਧ ਕਰਨ ਵਾਸਤੇ ਬਹੁਤ ਵੱਡਾ ਜਿਹੜਾ ਹੈਗਾ ਇੱਕ ਓਪਨ ਹਾਲ ਬਣਾਇਆ ਹੋਇਆ। ਇੱਥੇ ਲਾਈਟ ਦਾ ਪ੍ਰਬੰਧ ਹੈ, ਇੱਥੇ ਉੱਪਰ ਪੱਖੇ ਲੱਗ ਜਾਣੇ ਆ, ਜਿਹੜੇ ਹੈਗਾ ਕੂਲਰ ਲੱਗ ਜਾਣੇ ਆ। ਸੋ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਗਰਮੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ। ਉਹ ਤੋਂ ਬਿਨਾਂ ਇਸ ਤਰ੍ਹਾਂ ਜਿਹੜੇ ਇੱਧਰ ਦਿਖਾ ਗਏ ਸਾਨੂੰ ਮੈਂ, ਤਾਂ ਇੱਥੇ ਰਾਤ ਨੂੰ ਰਹਿਣ ਵਾਸਤੇ ਪ੍ਰਬੰਧ ਕੀਤਾ ਹੋਇਆ। ਤੁਸੀਂ ਦੇਖ ਸਕਦੇ ਹੋ ਅੰਦਰ ਬਹੁਤ ਹੀ ਅੱਛੇ ਤਰੀਕੇ ਨਾਲ ਜਿਹੜੀਆਂ ਹੈਗੀਆਂ ਇਹਨਾਂ ਨੇ, ਆਪਾਂ ਗੱਲ ਕਰੀਏ ਤਾਂ ਕੋਟੇਸ਼ਨ ਜਿਵੇਂ ਸਾਰਾ ਕੁਝ ਕਾਲੇ ਕਾਨੂੰਨ ਰੱਦ ਕਰੋ, ਠੀਕ ਹੈ, ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ, ਠੀਕ ਹੈ, ਉਸ ਤੋਂ ਬਿਨਾਂ ਆਈ ਲਵ ਖੇਤੀ। ਸੋ ਇਸ ਤਰ੍ਹਾਂ ਦੇ ਜਿਹੜੇ ਹੈਗੇ ਸਲੋਗਨ ਵਾਲੇ ਇੱਥੇ ਜਿਹੜੇ ਪੋਸਟਰਾਂ ਤਿਆਰ ਕੀਤੇ ਜਾਂਦੇ ਆ, ਉਹ ਤੋਂ ਬਿਨਾਂ ਜਿਹੜਾ ਕਿਸਾਨੀ ਅੰਦੋਲਨ ਨੂੰ ਸਕਸੈਸ ਬਣਾਉਣ ਵਾਸਤੇ ਹਰ ਇੱਕ ਜਿਹੜਾ ਹੈਗਾ ਨੌਜਵਾਨ ਉਹ ਆਪਣਾ ਬਣਦਾ ਯੋਗਦਾਨ ਪਾ ਰਿਹਾ। ਉਸੇ ਤਰ੍ਹਾਂ ਹੀ ਜਿਹੜੇ ਅਲੱਗ ਅਲੱਗ ਤੰਬੂ ਹੈ, ਠੀਕ ਹੈ, ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਜਿਹੜਾ ਹੈਗਾ ਡਿਊਟੀਆਂ ਲਾਈਆਂ ਹੋਈਆਂ ਲੋਕਾਂ ਦੀਆਂ। ਇੱਥੇ ਜਿਹੜਾ ਹੈਗਾ ਬਕਾਇਦਾ ਤੌਰ 'ਤੇ ਬੜੇ ਅੱਛੇ ਤਰੀਕੇ ਨਾਲ ਜਿਹੜਾ ਹੈਗਾ ਲਗਭਗ 6 ਬੰਦੇ ਤਾਂ ਆਰਾਮ ਨਾਲ ਪੈ ਸਕਦੇ, ਜੇ ਥੋੜ੍ਹਾ ਜਿਹਾ ਕੰਜੈਸਟਡ ਹੋ ਕੇ ਪੈਣਗੇ ਤਾਂ 12-15 ਜਿਹੜੇ ਹੈਗੇ ਆ ਉਹਨੇ ਵੀ ਪੈ ਸਕਦੇ ਆ ਲਗਭਗ। ਇੱਥੇ ਜੇ ਆ ਤਾਰ 4 ਜਿਹੜੇ ਹੈਗੇ ਆ 1-2-3-4 ਤੰਬੂ ਦੀ ਗੱਲ ਕਰਾਂ, ਇੱਧਰ ਗੱਲ ਕਰਾਂ ਉੱਧਰ ਗੱਲ ਕਰਾਂ, ਤਾਂ 200-300 ਬੰਦੇ ਦਾ ਜਿਹੜਾ ਹੈਗਾ ਤੋਂ ਜ਼ਿਆਦਾ ਦਾ ਪ੍ਰਬੰਧ ਇਹਨਾਂ ਨੇ ਕੀਤਾ ਬਕਾਇਦਾ ਤੌਰ 'ਤੇ। ਲਾਈਟ ਆ ਕਿਉਂਕਿ ਲਗਾਤਾਰ ਸਰਕਾਰ ਦੁਆਰਾ ਕੱਟੀ ਜਾਂਦੀ ਹੈ, ਅਤੇ ਜਨਰੇਟਰ ਦਾ ਬਕਾਇਦਾ ਤੌਰ 'ਤੇ ਪ੍ਰਬੰਧ ਹੈ, ਪਾਣੀ ਦਾ ਬਕਾਇਦਾ ਤੌਰ 'ਤੇ ਪ੍ਰਬੰਧ ਆ। ਮੁੰਡੇ ਹਜੇ ਵੀ ਜਿਹੜਾ ਹੈਗਾ ਕੰਮ ਕਰ ਰਹੇ ਆ, ਦਿਖਾ ਦਿਓ, ਠੀਕ ਆ। ਮੈਂ ਹੁਣ ਸਰਪੰਚ ਸਾਹਿਬ ਨਾਲ ਗੱਲ ਕਰਦਾ ਅਤੇ ਇਹਨਾਂ ਮੁੰਡਿਆਂ ਨਾਲ ਗੱਲ ਕਰਦਾ ਅਤੇ ਉਹਨਾਂ ਨਾਲ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਉਹਨਾਂ ਦੇ ਅੰਦਰ ਜਿਹੜਾ ਹੈਗਾ ਇਹ ਜਜ਼ਬਾ ਕਿਸ ਤਰ੍ਹਾਂ ਭਰਿਆ ਗਿਆ। ਅਤੇ ਉਦੋਂ ਪਹਿਲਾਂ ਛੋਟੇ ਟੈਂਟਾਂ ਦੀ ਵੀ ਮੈਂ ਤੁਹਾਨੂੰ ਦਿਖਾ ਦੇਗੇ, ਇਹ ਜਿਹੜੇ ਹੈਗੇ ਇਹਨਾਂ ਨੂੰ ਸਲੀਪਰ ਬੈਗ ਕਹਿ ਦਿੰਦੇ ਆ। ਅਤੇ ਲਗਾਤਾਰ ਜਿਹੜੇ ਹੈਗੇ ਆ ਭਰਾ ਹੋ ਰਹੇ ਹਜੇ ਵੀ ਜਿਹੜਾ ਹੈਗਾ ਕੰਮ ਕਰ ਰਹੇ ਆ, ਅਤੇ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਹਾਂ, ਠੀਕ ਹੈ।
ਉਹਨਾਂ ਤੋਂ ਪੁੱਛਦੇ ਹਾਂ ਵੀ ਉਹਨਾਂ ਦੇ ਅੰਦਰ ਜਿਹੜਾ ਹੈਗਾ ਇਹ ਜਜ਼ਬਾ ਕਿੱਥੋਂ ਆਇਆ ਅਤੇ ਕਿਵੇਂ ਜਿਹੜਾ ਆਪਾਂ ਕਹਿੰਦੇ ਉਹਨਾਂ ਨੂੰ ਇਹ ਜਿਹੜਾ ਕ੍ਰੀਏਟਿਵ ਹੋਣ ਦਾ ਅਤੇ ਜਿਹੜਾ ਇਹ ਸਾਰਾ ਐਡਾ ਵੱਡਾ ਪਲਾਨ, ਕਿਉਂਕਿ ਦੇਖਿਆ ਜਾਵੇ ਤਾਂ ਬਹੁਤ ਆਰਕੀਟੈਕਟ ਵਾਲਾ ਕੰਮ ਹੈ, ਪੂਰੇ ਤੌਰ 'ਤੇ ਨਕਸ਼ਾ ਬਣਾਇਆ ਹੋਣਾ, ਉਦੋਂ ਬਾਅਦ ਸੋਚਿਆ ਹੋਣਾ ਜਾਂ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਸਰਪੰਚ ਸਾਹਿਬ, ਪਹਿਲਾਂ ਤਾਂ ਤੁਹਾਨੂੰ ਦੇਖ ਕੇ ਬੜਾ ਮਨ ਖੁਸ਼ ਹੁੰਦਾ, ਕਿਉਂਕਿ ਤੁਹਾਡੇ ਵਰਗੇ ਨੌਜਵਾਨ ਸਰਪੰਚ ਅਤੇ ਜਿਨ੍ਹਾਂ ਨੇ ਪਿੰਡ ਤਾਂ ਸੁਧਾਰ ਨਹੀਂ, ਆ ਕੇ ਦਿੱਲੀ ਵੀ ਸੁਧਾਰਤੀ ਲੱਗਦਾ ਤੁਸੀਂ। ਬਸ ਜੀ, ਇਹ ਸਾਰੀ ਵਾਹਿਗੁਰੂ ਜੀ ਦੀ ਮਿਹਰ ਆ, ਜੀ ਤੋਂ ਸੇਵਾ ਕਰਾਉਣੀ ਹੈ ਉਹ ਜਿਵੇਂ ਕਹਿੰਦੇ ਵੀ ਉਹ ਕਰਾ ਲੈਂਦਾ ਭਗਵਾਨ ਜੀ, ਜਿਵੇਂ ਜਿਹੜਾ ਕਾਰਜ ਆ ਨਾ ਇਹ ਕੁਦਰਤੀ ਹੁੰਦੇ ਆ ਸਾਰੇ ਜੀ। ਜਿਹੜਾ ਇਹ ਜਦੋਂ ਇਹ ਕਨਸੈਪਟ ਤੁਹਾਡੇ ਦਿਮਾਗ ਦੇ ਵਿੱਚ ਕਦੋਂ ਆਇਆ ਵੀ ਆਪਾਂ ਇਸ ਤਰ੍ਹਾਂ ਜਿਹੜਾ ਹੈਗਾ ਹਵੇਲੀ ਬਣਾਉਣੀ ਹੈ, ਜਾਂ ਇਸ ਤਰ੍ਹਾਂ ਜਿਹੜਾ ਹੈਗਾ ਆਰਕੀਟੈਕਟ ਕਿਸੇ ਨੇ ਕੋਈ ਤੁਹਾਨੂੰ ਕੋਈ ਨਕਸ਼ਾ ਦਿੱਤਾ ਸੀ? ਨਹੀਂ ਵੀਰ, ਅਸਲ ਵਿੱਚ ਅਸੀਂ ਜਦੋਂ ਪਹਿਲਾਂ ਆਪਣੇ ਰਹਿਣ ਲਈ ਸਾਡੇ ਸੰਗਤ ਨੇ 26 ਜਨਵਰੀ ਨੂੰ ਕਾਫੀ ਟਰਾਏ ਪਿੰਡੋਂ, ਤਾਂ ਮੈਂ ਸੋਚਦਾ ਸੀ ਵੀ ਜਿਹੜੇ ਮੇਰੇ ਨਗਰ ਦੇ ਲੋਕ ਹੈ ਜਦੋਂ ਆਉਣ ਤਾਂ ਉਹਨਾਂ ਨੂੰ ਕੋਈ ਇੱਥੇ ਆਇਆਂ ਨੂੰ ਮੁਸ਼ਕਿਲ ਨਾ ਆਵੇ, ਕਿਉਂਕਿ ਆਪਾਂ ਪਹਿਲਾਂ ਪਹੁੰਚੇ ਹੋਏ ਸੀ ਇੱਥੇ, ਅਤੇ ਵੀ ਹਰ ਪ੍ਰਕਾਰ ਦੀ ਆਪਾਂ ਉਹਨਾਂ ਵਾਸਤੇ ਸਹੂਲਤ ਦੇਈਏ। ਜਿੱਥੇ ਅਸੀਂ ਜਿਵੇਂ ਮੰਨ ਲਓ ਲੰਗਰ ਚੱਲਦਾ ਸੰਤ ਬਾਬਾ ਗੁਲਾਬ ਸਿੰਘ ਜੀ ਕੋਲੀਆ ਖੁਰਦ, ਉੱਧਰ ਸਮਾਨ ਸਮੂਨ ਕਾਫੀ ਹੋ ਗਿਆ ਸੀਗਾ, ਅਤੇ ਅਸੀਂ ਚਾਹੁੰਦੇ ਵੀ ਥੱਲੇ ਇੱਕ ਆਪਾਂ ਰਹਿਣ ਵਸੇਰਾ ਬਣਾ ਦਈਏ ਆਪਣੇ ਸੰਗਤ ਵਾਸਤੇ। ਠੀਕ ਹੈ। ਤਾਂ ਅਸੀਂ ਫਿਰ ਪੌੜੀਆਂ ਤਾਰ ਕੇ ਜਿਵੇਂ ਸ਼ੁਰੂ ਕਰ ਲਿਆ ਪ੍ਰੋਸੈਸ, ਇਹ ਤੰਬੂ ਲਾ ਲਿਆ ਇੱਕ ਜੀ, ਫਿਰ ਹੌਲੀ ਹੌਲੀ ਇੱਕ ਦਿਨ ਬੈਠੇ ਬੈਠਿਆਂ ਦੇ ਮਨ 'ਚ ਆਇਆ ਯਾਰ ਵੀ ਘਾਹ ਲਾਈਏ, ਵੀ ਆਪਾਂ ਇੱਥੇ ਰਹਿੰਦੇ, ਆਪਾਂ ਆਪਦੇ ਘਰ ਨੂੰ ਜਿਵੇਂ ਸੁੰਦਰ ਬਣਾਉਂਦੇ ਹਾਂ। ਬਿਲਕੁਲ ਬਿਲਕੁਲ। ਅਤੇ ਉਦੋਂ ਬਾਅਦ ਘਾਹ ਲਾ ਲਿਆ, ਫਿਰ ਬੂਟੇ ਲਿਆਂਦੇ ਅਸੀਂ, ਜਿਵੇਂ ਹੌਲੀ ਹੌਲੀ ਜਿਹੜੀ ਆ ਸਫਾਈ ਸੀਗੀ ਇਹਨੂੰ ਪਹਿਲਾਂ ਜਿਵੇਂ ਲੰਗਰ ਦੇ ਅੱਗੇ ਸੀਗਾ ਅਤੇ ਸਫਾਈ ਦਾ ਸਾਨੂੰ ਬਹੁਤ ਧਿਆਨ ਰੱਖ ਰਹੇ ਹਾਂ। ਵੈਸੇ ਵੀ ਜਿਹੜਾ ਮੇਰਾ ਜਿਹੜੀ ਸੁਭਾਅ ਹੈਗਾ ਜੀ ਉਹ ਸਫਾਈ ਨਾਲ ਜੁੜਿਆ ਵਾ ਜੀ, ਕਿਉਂਕਿ ਸੇਵਾ ਹੀ ਅਸਲ ਤਾਂ ਜਿਹੜਾ ਚਲੋ ਸਰਪੰਚ ਬਣ ਜਾਣਾ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਜੀ, ਉਦੋਂ ਬਾਅਦ ਸਰਪੰਚ ਬਣ ਕੇ ਉਹ ਕਾਰਜ ਕਰਨੇ ਜਿਹੜੇ ਉਹ ਮਾਇਨੇ ਰੱਖਦੇ ਆ ਵੀ ਤੁਸੀਂ ਕਾਰਜ ਕੀ ਕਰ ਰਹੇ ਹੋ ਜੀ। ਬਸ ਆਈ ਬਸ ਆਪਦਾ ਸੁਭਾਅ ਅਨੁਸਾਰ ਹੀ ਆਪਾਂ ਚੱਲੀ ਜਾਂਦੇ ਹਾਂ, ਅਤੇ ਸਰਪੰਚ ਤਾਂ ਚਲੋ ਜਿਵੇਂ ਵੀ ਪਤਾ ਹੀ ਨਹੀਂ ਲੱਗਿਆ ਬਣ ਗਏ, ਪਰ ਅਸਲ ਆਪਣਾ ਇਹ ਕਾਰਜ ਹੀ ਆ ਜੀ। ਜੇ ਨਾ ਸਰਪੰਚ ਹੁੰਦੇ ਤਾਂ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਫਿਰ ਵੀ ਆਪਾਂ ਤੋਂ ਇਹੀ ਸੇਵਾ ਲੈਣੀ ਸੀ। ਅਤੇ ਜਿਹੜੇ ਇੱਥੇ ਜਿੰਨਾ ਵੀ ਲੋਕ ਆਉਂਦੇ ਆ, ਲੋਕ ਦੇਖ ਕੇ ਹੈਰਾਨ ਹੁੰਦੇ ਆ ਵੀ ਯਾਰ ਐਡਾ ਵੱਡਾ ਜਿਹੜਾ ਕੰਮ ਕੀਤਾ, ਨਾਲ ਮੁੰਡੇ ਦਾ ਸਹਿਯੋਗ ਕਿਵੇਂ ਰਿਹਾ ਆਸੇ ਪਾਸੇ ਪਿੰਡਾਂ ਦਾ? ਜਾਂ ਬਾਹਲਾ ਸਹਿਯੋਗ ਆ ਜੀ, ਬਾਹਲਾ ਸਹਿਯੋਗ। ਅਸਲ ਤਾਂ ਜਦੋਂ ਅਸੀਂ ਉੱਤੇ ਸ਼ੁਰੂ ਕਰਦੇ ਸਫਾਈ ਕਰਦੇ, ਰੂਟੀਨ ਨਿੱਤ ਰੂਟੀਨ ਨਿੱਤ ਦੀ ਹੈਗੀ ਆ ਸਫਾਈ ਕਰਨੀ, ਝਾੜੂ ਮਾਰਨਾ, ਅਤੇ ਹੌਲੀ ਹੌਲੀ ਨੇੜੇ ਦੇ ਪਿੰਡਾਂ ਦੇ ਲੋਕ ਟਰਾਲੀਆਂ 'ਚ ਰਹਿੰਦੇ ਸੀਗੇ, ਹੌਲੀ ਹੌਲੀ ਉਹਨਾਂ ਨਾਲ ਪ੍ਰੇਮ ਬਣ ਗਿਆ ਸਾਰਿਆਂ ਨਾਲ ਜੀ। ਅਸੀਂ ਇਕੱਠੇ ਜਿਵੇਂ ਲੰਗਰ 'ਚ ਵੀ ਸੇਵਾ ਕਰਦੇ, ਪਰ ਸਫਾਈ ਵਾਲਾ ਵੀ ਜਦੋਂ ਵੇਖਿਆ ਉਹ ਇੱਕ ਵੈਸੇ ਹੀ ਗੱਲ ਵੀ ਇਹ ਵੀ ਹੋ ਜਾਂਦੀ ਵੀ ਅਗਲਾ ਕਹਿੰਦਾ ਯਾਰ ਸਰਪੰਚ ਵੀ ਯਾਰ ਝਾੜੂ ਮਾਰੀ ਜਾਂਦਾ ਕਈ ਵਾਰੀ ਆ ਕੇ, ਪਰ ਅਸਲ ਤਾਂ ਸਰਪੰਚ ਦੀ ਇਹ ਜੌਬ ਹੈ ਜੀ। ਜਿਵੇਂ ਮੰਨ ਲਓ ਸਰਪੰਚ ਬਣ ਜਾਣਾ, ਜਿਹੜੇ ਕਾਰਜਾਂ ਕਰਕੇ ਤੁਸੀਂ ਸਰਪੰਚ ਬਣੇ ਜੀ ਉਹੀ ਛੱਡ ਤੇ, ਫਿਰ ਸਰਪੰਚ ਬਣਨਾ ਵੀ ਤੁਹਾਡਾ ਨਿਫਲ ਹੈ। ਅਤੇ ਲਗਾਤਾਰ ਜਿਹੜੇ ਮੁੰਡੇ ਆ ਬਾਈ ਵਰਗਾਂ ਨੂੰ ਦੇਖਦਾ ਸੀ ਬਾਈ, ਹਜੇ ਤੱਕ ਵੀ ਜਿਹੜੇ ਬੂਟੇ ਰੱਖੀ ਜਾਂਦੇ ਉਹ ਕਿੰਨਾ ਕੁ ਕੁਛ ਅੱਗੇ ਕਰਨਾ ਜੀ? ਇਹ ਤਾਂ ਬਾਈ ਜੀ ਹਰ ਰੋਜ਼ ਜਿਵੇਂ ਸਰਪੰਚ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਵੀ ਹੁੰਦਾ ਵੀ ਪਲੈਨਿੰਗ ਹੋ ਜਾਂਦੀ ਹੈ ਵੀ ਅੱਜ ਆਪਾਂ ਆਹ ਕਰਦੇ ਹਾਂ, ਜਿਵੇਂ ਪਰਸੋਂ ਕੀ ਹੋਇਆ ਬੱਜਰੀ ਪਾਈ ਹੈ ਜੀ, ਆਹ ਸੜਕ ਬਣਾਈ, ਕੱਲ੍ਹ ਫਿਰ ਇਹਦੇ ਨਾਲ ਮਿੱਟੀ ਮੁੱਟੀ ਲਾਉਣ ਲੱਗ ਪਏ ਜੀ, ਅਸੀਂ ਬਸ ਸਾਰਾ ਦਿਨ ਜੀ ਲੰਘ ਜਾਂਦਾ ਜੀ ਬਸ। ਸਰਪੰਚ ਸਾਹਿਬ ਅੱਗੇ ਜਿਹੜਾ ਹੈਗਾ ਤੁਸੀਂ ਦੱਸ ਰਹੇ ਸੀਗੇ ਵੀ ਉਹ ਜਿਹੜਾ ਹੈਗਾ ਸਾਹਮਣੇ ਡਿਵਾਈਡਰ ਹੈ, ਇਹਦਾ ਥੋੜ੍ਹਾ ਨਕਸ਼ਾ ਤੁਸੀਂ ਚੇਂਜ ਕਰ ਰਹੇ ਹੋ, ਉੱਥੇ ਹੁਣ ਕੀ ਬਣਾ ਰਹੇ ਹੋ? ਬਸ ਜੀ ਜਦੋਂ ਬਣ ਗਿਆ ਫਿਰ ਉਦੋਂ ਬਾਅਦ ਤੁਹਾਡੇ ਸਾਹਮਣੇ ਆਟੋਮੈਟਿਕ ਹੀ ਆ ਜਾਣਾ ਜੀ ਕੁਛ ਗੱਲਾਂ ਜਿਹੜੀਆਂ। ਅਸਲ ਵਿੱਚ ਜੋ ਵੀ ਹੈ ਆਪਾਂ ਜਿਵੇਂ ਸਿਆਣਫ ਸ਼ਬਦ ਆ, ਜਦੋਂ ਆਪਾਂ ਪਹਿਲੀ ਪੌੜੀ ਪੜ੍ਹਦੇ ਹਾਂ ਜੀ ਉਹਦੇ 'ਚ ਆਉਂਦਾ ਸਹਿਸ ਸਿਆਣਫਾਂ ਲੱਖ ਹੋਏ ਇੱਕ ਨਾ ਚੱਲੇ ਨਾਲ, ਇਹ ਸਿਆਣਫਾਂ ਦੇ ਕਾਰਜ ਨਹੀਂ, ਇਹ ਤਾਂ ਕੁਦਰਤ ਦੇ ਕਾਰਜ ਉਹ ਆਪ ਹੀ ਹੋਈ ਜਾਂਦੇ ਆ। ਹਾਂਜੀ। ਅਤੇ ਬਾਈ ਵਰਗੇ ਨਾਲ ਰਹਿੰਦੇ ਆ ਸਾਰੀ ਦਿਹਾੜੀ ਬਾਈ, ਜਿਹੜਾ ਹੈਗਾ ਕਿੰਨਾ ਕੁ ਖੁਸ਼ੀ ਮਿਲਦੀ ਆ ਯਾਰ ਇੱਥੇ ਕੰਮ ਕਰਕੇ ਲੋਕਾਂ ਦੀ ਸੇਵਾ? ਬਹੁਤ ਖੁਸ਼ੀ ਮਿਲਦੀ ਹੈ ਜੀ, ਅਸੀਂ ਤਾਂ ਚਾਹੁੰਦੇ ਹਾਂ ਵੀ ਹਰ ਜਗ੍ਹਾ 'ਤੇ ਐਵੇਂ ਦਾ ਬਣੇ ਵੀ ਹਰ ਜਗ੍ਹਾ ਸਫਾਈ ਹੋਵੇ। ਜਦੋਂ ਆਏ ਸੀ ਬਹੁਤ ਗੰਦ ਸੀਗਾ ਜੀ, ਉਸ ਤੋਂ ਬਾਅਦ ਸਫਾਈ ਕਰਕੇ ਹੁਣ ਦੇਖਣ ਜਦੋਂ ਲੋਕਾਂ ਦੇ ਸਾਨੂੰ ਬਹੁਤ ਖੁਸ਼ੀ ਹੁੰਦੀ। ਅਤੇ ਇੱਕ ਤੁਸੀਂ ਸਰਪੰਚ ਸਾਹਿਬ ਦੇਖਿਆ ਹੋਣਾ ਹੁਣ ਜਿਹੜਾ ਇੱਧਰ ਵੀ ਤੁਸੀਂ ਬਣਾਇਆ, ਉੱਧਰਲੇ ਪਾਸੇ ਵੀ ਬਹੁਤ ਜਿਹੜੇ ਪਾਰਕ ਬਣੇ ਵਾ, ਪਿੱਛੇ ਤੱਕ ਜਾਣਾ ਲੋਕਾਂ ਨੇ ਡਿਵਾਈਡਰਾਂ 'ਤੇ ਪਾਰਕ ਬਣਾ ਤੇ, ਅਤੇ ਮੈਨੂੰ ਲੱਗਦਾ ਕਿਉਂਕਿ ਮੌਸਮ ਬੜਾ ਸੈੱਟ ਆ ਹੁਣ, ਕਿਉਂਕਿ ਬਸੰਤ ਰੁੱਤ ਚੜ੍ਹ ਗਈ ਹੈ, ਜਿਹੜਾ ਹੈਗਾ ਫੁੱਲ ਬੂਟੇ ਹੋਣਗੇ, ਤੁਹਾਨੂੰ ਕੀ ਲੱਗਦਾ ਸਾਰੇ ਦੇ ਸਾਰੇ ਜਿਹੜੇ ਡਿਵਾਈਡਰ ਹੈ ਘੱਟੋ ਘੱਟ ਜਿੰਨੀ ਦੂਰ ਤੱਕ ਸੰਗਤ ਬੈਠੀ ਹੈ, ਅਤੇ ਲੱਗਦਾ ਵੀ ਇੱਥੇ ਸਾਰੇ ਦੇ ਸਾਰੇ ਪਾਰਕ ਹੀ ਪਾਰਕ ਦਿਸਿਆ ਕਰਨਗੇ ਆਉਣ ਵਾਲੇ ਟਾਈਮ 'ਚ? ਬਿਲਕੁਲ ਜੀ, ਇਹ ਤਾਂ ਆਪਣੇ ਪੰਜਾਬੀਆਂ ਦੀ ਖਾਸੀਅਤ ਹੈ ਜੀ, ਇਹਨਾਂ ਨੂੰ ਮਿੱਟੀ ਮਿਲ ਜੇ ਅਤੇ ਬਾਕੀ ਚੀਜ਼ ਤਾਂ ਇਹ ਹਰ ਅਗਾ ਲੈਂਦੇ ਆ ਜੀ, ਇਹਨਾਂ ਦੇ ਸੁਭਾਅ 'ਚ ਆ, ਸਾਡੇ ਪੁਰਖਿਆਂ ਤੋਂ ਇਹ ਸੁਭਾਅ ਚੱਲੇ। ਕਿਸਾਨ ਆ ਜਿਹੜਾ ਜੀ, ਪਰ ਕਿਸਾਨ ਨੂੰ ਤਾਂ ਬਸ ਮਿੱਟੀ ਚਾਹੀਦੀ ਹੈ, ਉਦੋਂ ਬਾਅਦ ਮਿੱਟੀ ਨੂੰ ਸੋਨਾ ਬਣਾ ਲੈਂਦਾ। ਬਿਲਕੁਲ।
ਤੇ ਨਾਲ ਹੋਰ ਬਾਈ ਵਰਗੇ ਆਉਂਦਾ ਦੇਖਣ ਬਾਈ ਜਿਹੜਾ ਹੈਗਾ ਕਿਹੜਾ ਪਿੰਡ ਆ ਬਾਈਆਂ ਦਾ ਲੱਖੇ ਵਾਲੇ ਪਿੰਡ ਹੈ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਲੱਖੇ ਵਾਲੇ ਫਿਰ ਇੱਥੋਂ ਦੇਖ ਕੇ ਸਾਰਾ ਕੁਝ ਕੀ ਆਇਆ ਮਨ 'ਚ ਵੀ ਆਪਾਂ ਹੀ ਬਣਾਉਣਾ ਮਨ ਦੇ ਵਿੱਚ ਬਾਈ ਇਹ ਉਤਸ਼ਾਹ ਆਉਂਦਾ ਵੀ ਅਸੀਂ ਵੀ ਜਿਹੜਾ ਆਪਦੇ ਜਗ੍ਹਾ ਦੇ ਅੱਗੇ ਇਹੋ ਜਿਹੇ ਪਾਰਕ ਬਣਾਈਏ ਅਤੇ ਉੱਥੇ ਵੀ ਸਾਫ਼ ਸਫਾਈ ਬਣਾ ਕੇ ਵੀ ਜਿਹੜੇ ਲੋਕ ਆ ਵੀ ਅੱਜ ਜਿਵੇਂ ਅਸੀਂ ਇੱਥੇ ਦੇਖਣ ਆਏ ਹਾਂ ਬਾਕੀ ਦੇ ਲੋਕ ਆ ਜਿਹੜੇ ਉਹ ਇਦੂ ਬਾਅਦ ਉੱਥੇ ਦੇਖਣ ਜਾਣ ਬਿਲਕੁਲ ਅਤੇ ਲਗਾਤਾਰ ਜਿੰਨਾ ਕਿਸਾਨੀ ਅੰਦੋਲਨ ਚੱਲ ਰਿਹਾ ਲਗਾਤਾਰ ਸੋਸ਼ਲ ਮੀਡੀਆ 'ਤੇ ਵੀ ਹੈ ਕੀ ਸਰਪੰਚ ਸਾਹਿਬ ਸਹੀ ਸਹੀ ਦੱਸਿਓ ਦਿਲ 'ਤੇ ਹੱਥ ਰੱਖ ਕੇ ਸੋ ਤੋਂ ਪਰਮਾਤਮਾ ਨੇ ਸਹੀ ਦੱਸਿਓ ਵੀ ਜਿਹੜਾ ਆਪਣਾ ਅੰਦੋਲਨ ਜਿਹੜਾ ਹੈਗਾ 26 ਤੋਂ ਪਹਿਲਾਂ ਸੀ ਜਾਂ 26 ਦੇ ਜਾਂ ਹੁਣ ਹੈ ਅੱਗੇ ਨੂੰ ਵਧਿਆ ਜਾਂ ਘਟਿਆ ਸਹੀ ਅਸਲ ਮੈਂ ਮੇਰੇ ਅਨੁਸਾਰ ਹੋ ਸਕਦਾ ਮੈਂ ਗਲਤ ਹੋਵਾਂ ਜਾਂ ਕਿਵੇਂ ਵੀ ਅਗਲੇ ਨੇ ਸੋਚਣਾ ਪਰ ਮੇਰੇ ਸੋਚ ਅਨੁਸਾਰ ਜਿਹੜਾ ਅੰਦੋਲਨ ਆ ਜੀ ਉਹ ਆਪਦੀ ਸਹੀ ਰੂਪ ਲੈ ਗਿਆ ਜੀ ਰੂਪ ਲਿਆ ਕਿਵੇਂ ਹੈ ਜੀ ਤੁਸੀਂ ਇੱਕ ਐਗਜ਼ਾਮਪਲ ਤੌਰ 'ਤੇ ਮੈਂ ਪਰਸੋਂ ਬੈਠਾ ਸੋਚੀ ਜਾਵਾਂ ਵੀ ਤੁਸੀਂ ਦੁੱਧ ਨੂੰ ਉਬਾਲਣਾ ਧਰ ਦਿਓ ਅਤੇ ਜੇ ਉਹਦੀ ਨਿਗਰਾਨੀ ਨਹੀਂ ਹੁੰਦੀ ਦੁੱਧ ਦੀ ਤਾਂ ਉਹ ਉਬਲ ਕੇ ਪਤੀਲਾ ਖਾਲੀ ਹੋ ਜਾਂਦਾ ਅਤੇ ਜੇ ਉੱਥੇ ਕਿਤੇ ਸਿਆਣਾ ਪੁਰਸ਼ ਬੈਠਾ ਹੋਵੇ ਦੁੱਧ ਉਬਾਲਣ ਲਈ ਤਾਂ ਉਹਨੂੰ ਉਬਾਲ ਕੇ ਉਹਦੇ 'ਚੋਂ ਖੋਆ ਕੱਢ ਲੈਂਦਾ ਹੁਣ ਉਹ ਅੰਦੋਲਨ ਹੈ ਵੀ ਇਹ ਸਿਆਣੇ ਲੋਕਾਂ ਨੇ ਅੰਦੋਲਨ ਨੂੰ ਸਾਂਭ ਲਿਆ ਅਤੇ ਹੁਣ ਇਹਦੇ 'ਚੋਂ ਖੋਆ ਵੀ ਨਿਕਲੂਗਾ ਬਿਲਕੁਲ ਤੁਹਾਡੇ ਨਾਲ ਨੌਜਵਾਨ ਨੇ ਨੌਜਵਾਨਾਂ ਨੂੰ ਜਿਹੜੇ ਤੁਹਾਨੂੰ ਦੇਖ ਵੀ ਰਹੇ ਆ ਸਾਰੇ ਦੇਸ਼ ਵਿਦੇਸ਼ਾਂ ਦੇ ਵਿੱਚ ਗਾਂਹ ਲੋਕਾਂ ਤੱਕ ਮੈਸੇਜ ਵੀ ਪਹੁੰਚਣਾ ਸਾਰੇ ਦਾ ਸਾਰਾ ਅਤੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਲੋਕ ਹੈਲਪ ਕਰ ਸਕਦੇ ਦੇਖੋ ਜਿਵੇਂ ਹੁਣ ਗਰਮੀਆਂ ਆ ਗਈਆਂ ਦੁੱਧ ਦੀ ਗੱਲ ਕੀਤੀ ਆ ਦੁੱਧ ਵੀ ਖੱਟਾ ਹੋ ਜਾ ਕਰਨਾ ਆਟਾ ਵੀ ਆਪਾਂ ਵੱਧ ਜਾਂਦਾ ਖੱਟਾ ਹੋ ਜਾਂਦਾ ਫਰਿੱਜਾਂ ਦੀ ਵੀ ਲੋੜ ਪੈਣੀ ਆ ਪੱਖਿਆਂ ਦੀ ਵੀ ਕੂਲਰਾਂ ਦੀ ਪਾਣੀ ਦੀ ਬਹੁਤ ਜ਼ਿਆਦਾ ਲੋੜ ਰਹਿਣੀ ਹੈ ਕਿ ਮੋਟਰਾਂ ਲਾਉਣ ਦਾ ਪ੍ਰਬੰਧ ਕੀਤਾ ਵੈਸੇ ਦੇਖ ਰਿਹਾ ਮੋਟਰ ਲਾ ਰਹੀ ਹੈ ਤੁਸੀਂ ਹਾਂਜੀ ਪਰ ਮੋਟਰਾਂ ਜਿੱਥੇ ਮੈਨੂੰ ਇਹ ਮੇਰੀ ਹੁਣੇ ਮੈਨੂੰ ਸੋਚ ਇੱਕ ਤੁਹਾਡੇ ਸਵਾਲ 'ਚੋਂ ਇੱਕ ਸੋਚ ਉਪਜੀ ਹੈ ਜੀ ਵੀ ਆਪਾਂ ਜਿਹੜਾ ਪੁਰਾਣਾ ਪੰਜਾਬ ਸੀ ਨਾ ਆਪਣਾ ਉਹ ਪੁਰਾਣਾ ਪੰਜਾਬ ਬਣਨਾ ਇੱਥੇ ਜਿਵੇਂ ਤੌੜਿਆਂ ਦਾ ਪਾਣੀ ਅਸੀਂ ਤੌੜੇ ਲਿਆਉਂਦੇ ਵੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਤੌੜਿਆਂ ਦਾ ਵੀ ਅਸੀਂ ਵਰਤਾਂਗੇ ਹਰ ਚੀਜ਼ ਜਿਹੜੀ ਇੱਕ ਪੁਰਾਣੇ ਪਿੰਡ ਦੇ ਵਿੱਚ ਹੁੰਦੀ ਸੀ ਅਸੀਂ ਉਹ ਘੋਲੀਏ ਪਿੰਡ 'ਚ ਲੈ ਕੇ ਆਵਾਂਗੇ ਕੋਸ਼ਿਸ਼ ਕਰਾਂਗੇ ਵੀ ਉਹ ਪੁਰਾਣਾ ਪੰਜਾਬ ਇਸ ਪਿੰਡ ਘੋਲੀਏ 'ਚੋਂ ਮਿਲੇ ਇੱਕ ਤੁਹਾਡੇ ਵਾਲੇ ਪਾਸੇ ਵੀ ਲੋਕ ਬਹੁਤ ਬਾਹਰ ਚਲੇ ਗਏ ਨਾਰਾਈ ਲਗਭਗ ਪੰਜਾਬ ਦਾ ਹਰ ਪਿੰਡ ਦੇ ਵਿੱਚੋਂ 100-100, 200-200 ਮੁੰਡਾ ਜਾਂ ਕੁੜੀਆਂ ਸਾਡੀਆਂ ਭੈਣਾਂ ਬੱਚੀਆਂ ਕਿਸੇ ਨੂੰਹਾਂ ਧੀਆਂ ਹੈ ਨਾ ਬਾਹਰ ਹੈ ਅਤੇ ਤੁਹਾਨੂੰ ਨਹੀਂ ਲੱਗਦਾ ਜਿਹੜੇ ਬਹਾਦਰਗੜ੍ਹ ਪਿੰਡ ਆ ਜਿਹੜਾ ਹੁਣ ਆਪਣਾ ਸਾਰਿਆਂ ਦਾ ਇਕੱਠਾ ਸਾਂਝਾ ਲੱਗਦਾ ਨਹੀਂ ਵੀ ਅਸਲ ਦੇ ਵਿੱਚ ਇਹ ਪੰਜਾਬ ਆ ਜਿੱਥੇ ਮਿਲਵਰਤਨ ਆ ਨਹੀਂ ਤਾਂ ਪਹਿਲਾਂ ਤਾਂ ਲੋਕ ਸ਼ਰੀਕ ਕੋਈ ਵੱਟਾਂ ਖੁਰਚੀ ਜਾਂਦਾ ਸੀ ਕੋਈ ਚਾਚੇ ਨੂੰ ਬਣਾਉਂਦਾ ਕੋਈ ਤਾਏ ਨੇ ਬਣਾਉਂਦਾ ਇੱਥੇ ਉਹ ਵੀ ਬੰਦੇ ਦੇਖੇ ਆ ਜਿਨ੍ਹਾਂ ਦੇ ਮੈਂ ਇਹੋ ਜਿਹਾ ਪਿੰਡ ਆ ਇੱਧਰਲੇ ਸਾਡੇ ਮੁਕਤਸਰ ਦੇ ਮੁੰਡੇ ਖੜ੍ਹੇ ਆ ਫਾਜ਼ਿਲਕਾ ਦੇ ਨਾਲ ਪਿੰਡ ਸੀ ਮੈਂ ਪਿੰਡ ਦਾ ਨਾਂ ਨਿਕਲ ਗਿਆ 307 ਦਾ ਪਰ ਚੱਕ ਦੂਜੇ ਨੇ ਇੱਕ ਦੂਜੇ 'ਤੇ ਕਰਾਇਆ ਅਤੇ ਉਹ ਫਿਰ ਵੀ ਇੱਕ ਟਰਾਲੀ 'ਚ ਬੈਠੇ ਆ ਇਹ ਭਾਈਚਾਰਾ ਵਧਿਆ ਜੀ ਦੂਜੀ ਜਿਹੜੀ ਪੰਜਾਬ ਦੀ ਤੁਸੀਂ ਗੱਲ ਕਰਦੇ ਹੋ ਇਹ ਪੰਜਾਬ ਜੇ ਮੈਂ ਕਹਾਂ ਵੀ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਹੈ ਜੀ ਇਹਦੇ 'ਚ ਜਿਵੇਂ ਭਲੇ ਸਮਿਆਂ 'ਚ ਜਦੋਂ ਵੰਡ ਤੋਂ ਪਹਿਲਾਂ ਇਹ ਸਾਰੇ ਆਪਾਂ ਪੰਜਾਬ ਹੀ ਸੀਗੇ ਜੀ ਅਤੇ ਹੁਣ ਚਲੋ ਠੀਕ ਆ ਵੀ ਸਮੇਂ ਦਾ ਜਿਵੇਂ ਵੀ ਕੁਛ ਹੋਇਆ ਉਸ ਸਮੇਂ ਦੇ ਲੋਕਾਂ ਨੇ ਵੰਡਾਂ ਕੀਤੀਆਂ ਜੋ ਵੀ ਪਰ ਆਪਾਂ ਅੱਜ ਵੀ ਮੈਨੂੰ ਇਹ ਲੱਗਦਾ ਵੀ ਕੋਈ ਆਪਣਾ ਪਿਛਲਾ ਸੰਬੰਧ ਇਸ ਪੰਜਾਬ ਇੱਥੇ ਧਰਤੀ ਨਾਲ ਹੁੰਦਾ ਜੀ ਉੱਥੇ ਆ ਕੇ ਆਪਣਾ ਪ੍ਰੇਮ ਬਣ ਜਾਂਦਾ ਜੀ ਹੁਣ ਇੱਥੋਂ ਜਾਣ ਨੂੰ ਹੀ ਜੀ ਨਹੀਂ ਕਰਦਾ ਜੀ ਜਿਹੜੀ ਜਗ੍ਹਾ 'ਤੇ ਪੈਂਦੇ ਹੈ ਰਾਤ ਮੁੰਡਾ ਮੈਨੂੰ ਅਸੀਂ ਇਹ ਗੱਲਾਂ ਕਰਨ ਲੱਗ ਗਏ ਕਹਿੰਦੇ ਵੀ ਉਹ ਥਾਂ ਨਾਲ ਮੋਹ ਪੈ ਜਾਂਦਾ ਤੁਹਾਡਾ ਜਿੱਥੇ ਤੁਸੀਂ ਡੇਲੀ ਪੈਂਦੇ ਆ ਨਾ ਉਸ ਥਾਂ ਨਾਲ ਵੀ ਮੋਹਣ ਸੜਕ 'ਤੇ ਡਿਵਾਈਡਰ 'ਤੇ ਆਪਣਾ ਜਿਹੜਾ ਪੈਣ ਵਾਲੀ ਜਗ੍ਹਾ ਬਣੀ ਵੀ ਹੈ ਹੁਣ ਹੋਰ ਵੀ ਆਪਣੇ ਕੋਲ ਥਾਂ ਤਾਂ ਬਹੁਤ ਬਣ ਗਏ ਪਰ ਉੱਥੇ ਪੈਣ ਨੂੰ ਜੀ ਕਰਦਾ ਜਿੱਥੇ ਪਹਿਲੇ ਦਿਨ ਪਏ ਸੀ ਆ ਕੇ ਮੈਂ ਜਿਹੜਾ ਹੈਗਾ ਕਈ ਬੰਦਿਆਂ ਨਾਲ ਗੱਲ ਕੀਤੀ ਆ ਮੇਰਾ ਆਪਦਾ ਵੀ ਆ ਵੀ ਜੇ ਜਦੋਂ ਇਹ ਅੰਦੋਲਨ ਆਪਦਾ ਰਸ ਲੈ ਕੇ ਪੂਰਾ ਹੋਣਾ ਚਾਹੇ ਮਹੀਨਾ ਹੋ ਜਾਵੇ ਚਾਹੇ ਸਾਲ ਚਾਹੇ 2 ਸਾਲ ਜਦੋਂ ਉੱਥੋਂ ਦੇ ਲੰਘਿਆ ਕਰਨਗੇ ਲੋਕ ਮੇਲਾ ਦਾ ਰੋ ਕੇ ਲੰਘਿਆ ਕਰਨਗੇ ਵੀ ਇੱਥੇ ਟਾਈਮ ਲੰਘਿਆ ਸੀ ਯਾਰ ਬਿਲਕੁਲ ਬਿਲਕੁਲ ਜ਼ਿੰਦਗੀ ਦੇ ਕੀਮਤੀ ਹਰ ਬੰਦੇ ਦੇ ਜ਼ਿੰਦਗੀ ਦੇ ਕੀਮਤੀ ਪਲ ਇੱਥੇ ਲੰਘ ਰਹੇ ਆ ਅਤੇ ਕੁਛ ਮੈਂ ਇੱਕ ਜਿਹੜੀ ਮੈਂ ਧੰਨਵਾਦ ਵੀ ਕਰਨਾ ਚਾਹੁੰਦਾ ਇਹ ਮੇਰੇ ਕਾਫੀ ਵਾਰ ਕਈ ਵਾਰੀ ਖੁੰਝ ਵੀ ਚਾਹੀਦਾ ਵੀ ਜਿਹੜਾ ਇਹ ਅੰਦੋਲਨ ਦੇ ਵਿੱਚ NRI ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਆਪਣੇ ਘਰਾਂ ਤੋਂ ਬੱਚੇ ਗਏ ਆ ਕੋਈ ਭੈਣ ਭਰਾ ਜੋ ਵੀ ਹਰ ਪਰਿਵਾਰ ਨਾ ਇਸ ਅੰਦੋਲਨ ਨੂੰ ਬੜਾ ਉੱਥੇ ਦਰਦ ਆ ਉਹਨਾਂ ਦੇ ਅੰਦਰ ਐਡਾ ਦਰਦ ਹੈ ਵੀ ਅਸੀਂ ਕਿਵੇਂ ਆਪਦੇ ਪੰਜਾਬ ਨੂੰ ਬਚਾ ਸਕੀਏ ਤੁਸੀਂ ਦੇਖਿਆ ਹੋਣਾ ਪਿਛਲੇ ਲੰਬੇ ਸਮੇਂ ਤੋਂ NRIਆਂ ਦਾ ਬਹੁਤ ਵੱਡਾ ਜਾਣੀ ਉਹਨਾਂ ਨੇ ਹੰਭਲਾ ਮਾਰਦੇ ਜਦੋਂ ਵੀ ਕੋਈ ਮਾੜਾ ਸਮਾਂ ਆਇਆ ਸਾਡੇ 'ਤੇ ਅਤੇ NRIਆਂ ਨੇ ਵੱਡਾ ਯੋਗਦਾਨ ਪਾਇਆ ਅਤੇ ਇੱਥੇ ਵੀ ਜਿਵੇਂ ਬਹੁਤ ਵੀਰਾਂ ਦਾ ਪਿਆਰ ਹੈਗਾ ਹੈ ਸਾਡੇ ਨਗਰ ਕੋਲੀਏ ਖੁਰਦ ਦਾ ਬੜਾ ਪਿਆਰ ਹੈ ਜੀ ਬੜਾ ਸਾਨੂੰ ਉਹਨਾਂ ਦਾ ਹੌਂਸਲਾ ਜਿਹਦੇ ਨਾਲ ਅਸੀਂ ਇੱਥੇ ਆ ਜਿਹੜੇ ਕਾਰਜ ਕਰੀ ਜਾਂਦੇ ਹਾਂ ਜੀ ਬਿਲਕੁਲ ਅਤੇ ਜਿਹੜਾ ਆਉਣ ਵਾਲਾ ਸਮਾਂ ਤੁਸੀਂ ਕੀ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਜਿਹੜਾ ਅੰਦੋਲਨ ਆ ਆਪਾਂ ਹੁਣ ਇਹ ਤਾਂ ਮੰਨ ਹੀ ਚੁੱਕੇ ਹਾਂ ਵੀ ਹੁਣ ਜਿਹੜਾ ਅੰਦੋਲਨ ਸਹੀ ਤਰੀਕੇ ਨਾਲ ਵੱਧ ਰਿਹਾ ਹੁਣ ਇਹ 'ਚੋਂ ਖੋਆ ਨਿਕਲਣਾ ਅਤੇ ਇੱਕ ਤਾਂ ਇਹ ਅੰਦੋਲਨ ਤੁਹਾਨੂੰ ਨਹੀਂ ਲੱਗਦਾ ਇਹ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਪਰਿਵਰਤਨ ਦੇ ਕੇ ਜਾਊਗਾ ਪੂਰੇ ਪੰਜਾਬ ਨਹੀਂ ਪੂਰੇ ਇੰਡੀਆ ਨੂੰ ਦੇ ਕੇ ਜਾਣਾ
चाहिए भी है जी, होना भी चाहिए तो होगा भी जी, क्योंकि लोग जो सोचवान हम कई थावान से तो एरकी वोटा दे जिमें बदल आए हैगे है जी, फर्क पिया इस गल में जी, तो होना भी चाहिए है क्योंकि जोड़ा भी जी ये सत्ता परिवर्तन है होने चाहिए होने चाहिए। फिर जोड़ा आप कहे समाजिक तौर पर जोड़ा है तुम देख रहे हो भी एक दूजे प्यार वध्या और आर्थिक तौर पर भी जोड़ा है जे एम एस पी मिलती है, लास्ट क्वेश्चन है हूँ जी लड़ाई है तीन कानूनों की एक एम एस पी की है ठीक है, जे एम एस पी मिलती है जे सू आलू तो एम एस पी मिलती है सू गोभी तो मिलती है तुम क्या मिट्टी मिल जाए सारा कुछ उगा लेंदा, जे असी कणक झोने के चक्कर च फसे रहे तो लोगों जुम्मे करजा इन्ना सरपंच साहब भी नहीं उतरता हो क्योंकि अपने पता सा फसल 70,000 की 90,000 की लख की होंगी है, जे आलू लाया जाए आलू 2-2.5 लाख का होंगे मक्की 3 बारी बीज सकता बंदा जो 1800 में बिके विकती 600 में है कि लोगों को संदेश देना चाहोगे जो पंजाब ने असल आपके जूलों गलों जोड़ा है करजे का फंदा लाने गलों चो रस्से लाने हैं तो एम एस पी लड़ाई में किड्डा वड्डा देखते हैं क्योंकि ये बहुत फसलों उगाइया जा सकता है जिदे साड़ी धरती भी बच सकती है, पानी भी बच सकता, साड़ी सेहत भी बच सकती है, तो साड़ी जी आर्थिकता वह भी बच सकती है। ये जी लड़ाई असल में उ लड़ाई लड़ रहे हैं जोड़े लोग अज कट्ठे हुए हैं कितने कहते पहला पंजाब वाले ही है फिर कहते हरियाणे वाले ही है, हौली हौली तुम देख लो भी हर स्टेट तो हर मान लो मैनू तो लगता आने वाले दिन तो देशों तो भी बंद ने अंदोलन चाह लग जाना भी जोड़ा ये जोड़े किसान जोड़ा जोड़ा मान लो धरती चो सोना घा रहा उन्होंने अज सरकार लतड़ रही हैं तो भी किमें ना किमें आप उस जोड़ा अंदोलन च आपका हिस्सा पा के आप इन्हों की आर्थिक दिशा नू ठीक कर सकी। बिल्कुल एक मिनट दिखाई जोड़ा है वो मुंडा जोड़ा बाबा जा रहा कला ही झंडा चक्या हरियाणे का लगता है ते भाई लगातार वाहगुरु जी का खालसा वाहगुरु जी की फतेह प्लस अनाउंसमेंट करता जा रहा है, यह कदे सोचा सीगा कुछ होगा कदे जिंदगी भाई जी? कदे भी नहीं, कदे बस कुदरत आपके कारज आप कर रही है जी, पर जोड़ा कुछ भी वापर रहा है ये बहुत चंगा हो रहा बस ये अपने लोगों को बहुत फायदा होना। जो अंदोलन लंबा चलता लोगों च निराशा होनी सुभाविक हैगी नहीं होनी भाई जी? पहला पहला अंदोलन इस पास में जा रहा भी लोग होर तरीके आते इतने इकट्ठे हूँ सिस्टमैटिक तरीके आ रहे हैं, जे कोई बंदा जा रहा ना वो उदे जा रहा जिदे वो थान पर बंदे आ रहे हैं, एक एक सिस्टम बन गया ना भी ट्राली के मान लो 10 बंदे आ 10 चो 5 चले गए 5 आ गए 10 तो 10 दे 10 पूरे है, वो चीज़ा जड़िया अगे वालिया भी जिमें कट्ठे जिमें 26 बहुत लोग आ गए सी जी, असल 26 बैड इफेक्ट इस गल का होया भी मुड़े तो उ लोग सी जे आई 26 करके पिंड चो 50 ट्रैक्टर आए वो हम वो मुड़ते जो जाते थे उन्होंने मैसेज देने लग गए भी इतों तो अंदोलन वाले ही चले गए, पर मैं जो हम नवे बंदे भी आते वो आके दसते भी अंदोलन लंबा भी होया जो ट्रालियां बैक अपने जोड़ा टोल प्लाजा सांपला वाला उतों तक जरा जा मैं कवर करता रहना बहुत लंबा जोड़ा है काफड़ा लगभग जो देख के जे कली कली ट्राली ला दे ना तो फाजिलका तक लग सकते मेरे हिसाब से। बिल्कुल बिल्कुल हूँ तो तुम देखो थले पिंड वसे पे है जेडे हम आपदा आपदा सर लोगों ने साधन बना ले साइडा से बैठे। तो एक लास्ट क्वेश्चन जोड़ा है हूँ हाड़ी की रुत आ जानी है तो की कहना चाहोगे लोगों को हाड़ी के अंदोलन क्यों मेनटेन करो क्योंकि वैसे तो चलो मशीनरी का योगा 2 दिन वढ़िया जाता है कि तुम ये सोचते हो भी जिन्हों दंगा ठेके से जमीन उन्होंने ड्यूटी ला रहे हो जे भरा इतने पक्के बैठे उन्होंने जी है फसल संभालने वास्ते जोड़ा है पिंड पद्धर से ड्यूटियां ला रहे हैं जी? पिंड पद्धर से तकरीबन अपने लोगों से भाईचारा वध्या जी भी जे कोई साढ़े पिछे जो मुंडिया ने एक जो आप शुरू किया तो कणक बीजिया बीजिया तो उन्होंने ये शुरू किया भाई जिहड़ा बंदा अपना मुंडे गोपी होनी सीगे जिवें घोलीए पिंड तो मैं उन्होंने फेसबुक पर भी पाया भी जिन्हें किसी ने रेह पाउणा है तो भी सानू दसो भी जिहड़े बंदे उत्थे अंदोलन च बैठे आ तो असीं उन्हां दे रेह पा के आवांगे भी जे उदों रेह मिलण दी भी वड्डी प्रॉब्लम सी उहदा इह भी कहिंदा मैं रेह दा भी प्रबंध करूँ जिवें बंदा भावक हो के जी भी असीं जिहड़े बंदे अंदोलन च बैठे आ तो आएँ भी आने वाले दिनां च भी मैनूं लगदा भी है भी मैं वैसे बेनती भी करनी चाहुंदा जिन्ने भी लोग है जरूर उन्हां दी जिहड़े बंदे आपदे समें चों समां कढ के पिंडां तों इत्थे बैठे है ते जिहड़े पिछे लोग है जरूर उन्हां दी उह जिहड़ी कदर करन ते उन्हां दा जिहड़ा कोई हैल्प कर सकदे परिवारों की कोई जिन्नी को हो सकती जरूर कर। चलो बहुत बहुत धन्यवाद ता बड़ा नेक कार्य परमात्मा ता तो होर सेवा लवे तो इस तरह जोड़ा है नौजवान सारे कट्ठे होकर तुम लगे रहो। सो ये पिंड घोलगा खुरद की जी हवेली है बाकी सारे की है ये ठीक है सारे घोलगा बन गया घोल घुल गया सारा कुछ ठीक है। सो लगातार जोड़ा है इतों आ जाओ आ जाओ। सो मैं इतने नाल दी नाल गलबात करदा प्रधान जी नाल भी इकाई के प्रधान ने तो उन्होंने भी बाकी जोड़ा है असल मोर्चे की तस्वीर देखने वास्ते तुम
जिहड़ा हैगा लगातार जिहड़ा गुरप्रीत कोटली यूट्यूब चैनल ते गुरप्रीत कोटली फेसबुक पेज नाल जुड़े रहो। सत श्री अकाल प्रधान सर, होर किवें लगदा जी जिहड़ा अंदोलन है हुण लगातार तुसीं इत्थे हवेलियां बना लईआं पक्के तौर ते ते हुण फिर किन्ना टाइम नहीं इत्थों जाणा? मेरा नाम नरपाल सिंह है, जिला मोगा, पिंड घोलिया खुरदा जी। ਜਦੋਂ ਆਪਾਂ ਘਰੋਂ ਹੀ ਤੁਰੇ ਸੀਗੇ, ਇਹ ਕਹਿ ਕੇ ਤੁਰੇ ਸੀ ਵੀ ਆਪਾਂ ਜਿੱਤ ਕੇ ਆਉਣਾ। ਠੀਕ ਹੈ ਜੀ। ਵੀ ਕਿੰਨਾ ਸਮਾਂ ਲੱਗ ਜੇ, ਸਾਲ ਲੱਗ ਜੇ, 6 ਮਹੀਨੇ ਲੱਗ ਜੇ। ਇੱਕ ਇੱਥੇ ਗੰਦਗੀ ਬਹੁਤ ਜ਼ਿਆਦਾ ਸੀ ਵੀ ਇੱਥੇ ਆਉਣ ਨੂੰ ਜੀ ਨਹੀਂ ਕਰਦਾ, ਫਿਰ ਸਾਰੇ ਆਂਢ ਗੁਆਂਢ ਲੋਕਾਂ ਨਾਲ ਰਲ ਕੇ ਅਤੇ ਇਹ ਸਾਰਾ ਕੁਛ ਕੀਤਾ, ਬੂਟੇ ਬਾਟੇ ਲਾਏ। ਇੱਕ ਸਾਡਾ ਸਰਪੰਚ ਆ ਜੀ, ਉਹ ਵਿੱਕੀ ਹੋਰ ਦਾ ਹੀ ਆ, ਉਹ ਪਿੰਡ ਵੀ ਬਸ ਉਹਦਾ ਬਹੁਤ ਸਫਾ ਸਫਾਈ ਕਰਦਾ। ਆਪ ਐਂ ਨਹੀਂ ਵੀ ਮੈਂ ਸਰਪੰਚ ਆ ਜਾਂ ਤੂੰ ਲਿਆ ਟੋਕਰੀ ਚੱਕ, ਉਹਨੇ ਪਹਿਲਾਂ ਆਪ ਟੋਕਰੀ ਚੱਕਣੀ ਆ। ਬਾਕੀ ਇਹਨਾਂ ਦੇ ਪਰਿਵਾਰ ਨੂੰ ਸ਼ੌਂਕ ਬਹੁਤ ਆ, ਫਿਰ ਸ਼ੌਂਕ ਦੇ ਨਾਲ ਹੀ ਦੂਜਿਆਂ ਨੂੰ ਵੀ ਸ਼ੌਂਕ ਜਾਗ ਪੈਂਦਾ। ਫਿਰ ਕਿਸੇ ਨੇ ਨਾਲ ਲੱਗ ਕੇ ਸਾਰੇ ਬੂਟੇ ਬਾਟੇ ਆ ਜਿੰਨਾ ਵੀ ਆ, ਸਹਿਯੋਗ ਦੇ ਨਾਲ ਹੀ ਹੋਏ। ਤੁਸੀਂ ਜਿਹੜਾ ਹੈਗਾ ਇੱਥੇ ਆ ਕੇ ਆਪਦਾ ਪਿੰਡ ਦਾ ਵੀ ਨਾਂ ਕਰਤਾ, ਐਡੇ ਵੱਡੇ ਅੰਦੋਲਨ ਦੇ ਵਿੱਚ ਤੁਹਾਨੂੰ ਲੋਕ ਦੇਖਣ ਆਉਂਦੇ ਆ, ਸਾਰੇ ਦੇ ਸਾਰੇ ਤੁਹਾਨੂੰ ਦੇਖ ਕੇ ਹੋਰਾਂ ਨੇ ਵੀ ਹੁਣ ਜਿਹੜਾ ਹੈਗਾ ਡਿਵਾਈਡਰਾਂ 'ਤੇ ਬਣਾਉਣਾ ਸ਼ੁਰੂ ਕਰਤਾ ਲਗਾਤਾਰ। ਪਹਿਲਾਂ ਇੱਥੇ ਮੁਸ਼ਕ ਮਾਰਦਾ ਸੀਗਾ, ਇੱਕ ਤਾਂ ਤੁਸੀਂ ਜਿਹੜਾ ਹੈਗਾ ਪੂਰੇ ਆਪਾਂ ਕਹੀਏ ਅੰਦੋਲਨ ਨੂੰ ਪ੍ਰਭਾਵਿਤ ਕਰ ਰਹੇ ਹੋ, ਦੂਜੇ ਪਾਸੇ ਸੰਘਰਸ਼ ਕਰ ਰਹੇ ਹੋ, ਅਤੇ ਕਿਵੇਂ ਜਿਹੜਾ ਹੈਗਾ ਕਿਸ ਤਰ੍ਹਾਂ ਮਹਿਸੂਸ ਹੁੰਦਾ ਇਹ ਸਾਰੀਆਂ ਚੀਜ਼ਾਂ ਦੇਖ? ਇਹ ਮਹਿਸੂਸ ਇਉਂ ਹੁੰਦਾ ਜੀ, ਜਿਹੜਾ ਪੰਜਾਬੀ ਆ ਜਿਹੜਾ ਵੱਖਰੀ ਕੌਮ ਆ ਇੱਕ, ਇਹ ਜਿੱਥੇ ਵੀ ਜਾ ਵੜੇ ਦੇ ਜੰਗਲਾਂ 'ਚ ਮੰਗਣ ਲਾ ਦਿੰਦੇ ਆ। ਬਿਲਕੁਲ ਹਾਂਜੀ, ਇਹਨਾਂ ਦੀ ਪਛਾਣ ਆਉਂਦੀ ਹੁਣ ਲੋਕਾਂ ਨੂੰ ਜਦੋਂ ਲੰਘਦਾ ਵੀ ਵੇਖਦੇ ਆ ਵੀ ਜਿਹੜਾ ਕੋਈ ਲਾਣੇ ਦਾ ਮੋਢੀ ਹੁੰਦਾ ਉੱਥੇ ਇਵੇਂ ਹੁੰਦਾ, ਜਦੋਂ ਮੋਢੀ ਮਾੜਾ ਹੋ ਜਾਂਦਾ ਉੱਥੇ ਫਿਰ ਉਹ ਕਹਿੰਦਾ ਛੱਡੋ ਖੜਾ ਆਪਾਂ ਕੇ ਲੈਣਾ ਰੋਟੀਆਂ ਖਾਣੀਆਂ। ਇੱਥੇ ਪਤਾ ਨਹੀਂ ਕਿੰਨਾ ਕੁ ਟਾਈਮ ਆ, ਇਹ ਸਰਪੰਚ ਸਾਡਾ ਅੱਗੇ ਵੀ ਦੱਸਿਆ ਤੁਹਾਨੂੰ, ਇਹ ਨਿੱਕੀ ਉਮਰ ਦਾ, ਇਹਦੇ ਪਿੰਡ ਵੀ ਜਾ ਕੇ ਪਾਰਕਾਂ ਬਹੁਤ ਬਣਾਈਆਂ, ਬਹੁਤ ਦਰਖਤ ਲਾਏ ਹੋਏ ਆ ਅਤੇ ਬਾਕੀ ਹੱਥੀਂ ਮਿਹਨਤ ਕਰਦਾ ਇਹ। ਹਾਂਜੀ, ਆਹ ਵੀ ਹੁਣ ਨਿਤ ਇਹ, ਤੁਸੀਂ ਅਗਲੀ ਵਾਰ ਫਿਰ ਆਉਂਗੇ ਤੁਹਾਨੂੰ ਹੋਰ ਵਰਾਇਟੀਆਂ ਦਿਸਣਗੀਆਂ, ਜਿਵੇਂ ਜਿਵੇਂ ਤੁਸੀਂ ਆਉਂਗੇ ਉਵੇਂ ਲਈ ਜਾਂਦੇ ਆ ਘਾਹ ਲਾਇਆ ਅਤੇ ਫਿਰ ਹੁਣ ਅਸੀਂ ਇੱਥੇ ਬੋਰ ਵੀ ਕਰਨਾ ਅਤੇ ਦੂਜਾ ਪਾਪ ਕਰ ਵੀ ਲਾਉਣਾ। ਸੋ ਇਹ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਮੈਂ ਤੁਹਾਨੂੰ ਦੱਸ ਦਿਆਂ ਕਿ ਪੰਜਾਬ ਦੇ ਵਿੱਚ ਪਹਿਲਾਂ ਖਾਸ ਕਰਕੇ ਸਾਡਾ ਮਾਲਵਾ ਬੈਲਟ ਆ, ਬਹੁਤ ਵੱਡੇ ਵੱਡੇ ਟਿੱਬੇ ਲੋਕਾਂ ਨੇ ਪੱਧਰੇ ਕੀਤੇ। ਉਦੋਂ ਬਾਅਦ ਮੈਂ ਉੱਤਰਾਖੰਡ ਗਿਆ, ਜਿੱਥੇ ਆਪਾਂ ਕਹਿੰਦੇ ਸ਼ਹੀਦ ਊਧਮ ਸਿੰਘ ਨਗਰ ਆ, ਉੱਥੇ ਮੈਂ ਉਹਨਾਂ ਨੂੰ ਪੁੱਛਿਆ ਤੁਹਾਨੂੰ ਇੰਨੀਆਂ ਇੰਨੀਆਂ ਜ਼ਮੀਨਾਂ ਜਦੋਂ ਨਵਰੀਤ ਦੀ ਸਟੋਰੀ ਕਰਨ ਗਏ ਹਾਂ ਤਾਂ ਉੱਥੇ ਤਾਂ ਕਹਿੰਦੇ ਵੀ ਇੱਥੇ ਅਸੀਂ ਜੰਗਲੀ ਜੰਗਲ ਸੀ, ਅਸੀਂ ਪੜ ਪੜ ਕੇ ਆਬਾਦ ਕੀਤਾ। ਸੋ ਚਾਹੇ ਟਿੱਬੇ ਹੋਣ ਚਾਹੇ ਜੰਗਲ ਹੋਣ, ਪੰਜਾਬੀਆਂ ਨੇ ਹਰ ਥਾਂ ਦੇ ਉੱਤੇ ਮਿਹਨਤ ਕਰਕੇ ਜਿਹੜਾ ਹੈਗਾ ਜ਼ਮੀਨਾਂ ਪੱਧਰ ਕੀਤੀਆਂ ਅਤੇ ਹੁਣ ਡਿਵਾਈਡਰਾਂ ਦੇ ਉੱਪਰ ਵੀ ਜ਼ਮੀਨਾਂ ਪੱਧਰ ਕਰ ਕਰਕੇ ਜਿਹੜੀਆਂ ਹਵੇਲੀਆਂ ਉਸਾਰੀਆਂ ਜਾ ਰਹੀਆਂ। ਇਸ ਤਰ੍ਹਾਂ ਜਿਹੜੀਆਂ ਹੋਰ ਹਵੇਲੀਆਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇੱਥੋਂ ਨਜ਼ਰ ਆਉਣਗੀਆਂ। ਸੋ ਕਿਸਾਨ ਮੋਰਚਾ ਜਿਹੜਾ ਹੈਗਾ ਚੜ੍ਹਦੀ ਕਲਾ 'ਚ ਆ, ਨੌਜਵਾਨ ਅਤੇ ਬਜ਼ੁਰਗਾਂ ਦਾ ਜਿਹੜਾ ਸੁਮੇਲ ਆ ਉਹ ਚੱਲਦਾ। ਇੰਨਾ ਕਦੇ ਜਵਾਨੀ ਅਤੇ ਜਿਹੜਾ ਹੈਗਾ ਐਕਸਪੀਰੀਅੰਸ ਵਾਲੇ ਲੋਕ ਹੁਣ ਬੁਢਾਪੇ ਤਾਂ ਨਹੀਂ ਕਹਿ ਸਕਦੇ, ਹਾਏ ਤਾਂ ਜਵਾਨ ਤੁਸੀਂ 60-60 ਸਾਲ ਦੇ, ਅਤੇ ਕਿਸ ਤਰ੍ਹਾਂ ਲੱਗਦਾ ਜਦੋਂ ਕੋਲੇ ਬਹਿ ਕੇ ਗੱਲਾਂ ਸੁਣਦੇ ਆ? ਪਹਿਲਾਂ ਲੱਗਦਾ ਨਹੀਂ ਸੀਗਾ ਵੀ ਕਿਤੇ ਗਵਾਚ ਗਏ ਯਾਰ ਸਾਡੇ ਮੁੰਡੇ ਸਾਡੇ ਤੋਂ ਦੂਰ ਹੋ ਗਏ, ਹੁਣ ਇਕੱਠੇ ਹੋ ਗਏ। ਇਹੋ ਤਾਂ ਜਦੋਂ ਆਪਾਂ ਕਿਤੇ ਜਾਂਦੇ ਹਾਂ ਆਪਾਂ ਰਿਸ਼ਤੇਦਾਰੀ 'ਚ ਜਾਂਦੇ ਹਾਂ, ਉੱਥੇ ਆਪਾਂ ਨੂੰ ਮਹਿਸੂਸ ਹੁੰਦਾ ਯਾਰ ਪਿੰਡ ਕਦੋਂ ਜਾਈਏ, ਯਾਰ ਆਪਾਂ ਬਾਲ ਬੱਚੇ 'ਚ ਜਾਈਏ। ਅਤੇ ਹੁਣ ਜਦੋਂ ਇੱਥੇ ਆ ਕੇ ਸਾਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਆ, ਹੁਣ ਸਾਡਾ ਜਾਣ ਨੂੰ ਜੀ ਨਹੀਂ ਕਰਦਾ, ਸਾਨੂੰ ਘਰ ਤੋਂ ਚੇਤੇ ਆਉਂਦਾ ਕਿਉਂ ਆ ਕੇ ਸਾਡੇ ਨੇ ਇੱਥੇ ਬੋਲਦੇ ਆ ਯਾਰ ਕਿਹੜਾ ਪਿੰਡ ਆ, ਅਸੀਂ ਵੀ ਪੁੱਛਦੇ ਕਿੱਥੋਂ ਆਏ ਹਾਂ। ਫਿਰ ਅੱਡੋ ਅੱਡੀ ਜਿਵੇਂ ਰਹਿਆਂ ਆਉਂਦੀਆਂ, ਆਹ ਜਿਹੜਾ ਅਸੀਂ ਹਵੇਲੀ ਰੱਖੀ ਆ ਇਹ ਵੀ ਬਜ਼ੁਰਗ ਇੱਥੇ ਇਕੱਠੇ ਹੋਏ ਸੀ ਸਾਰੇ, ਉਹ ਆਉਂਦੇ ਵੀ ਤੁਸੀਂ ਹਵੇਲੀ ਰੱਖੋ, ਨਾਮ ਹਵੇਲੀ ਰੱਖੋ, ਫਿਰ ਉਸ ਨਾਮ 'ਤੇ ਅਸੀਂ ਹਵੇਲੀ ਰੱਖੀ ਆ ਜੀ। ਠੀਕ ਆ ਜੀ। ਸੋ ਤੁਸੀਂ ਦੇਖ ਸਕਦੇ ਹੋ ਜਿਹੜਾ ਦੋਸਤੋ ਵੀ ਇਸ ਤਰ੍ਹਾਂ ਜਿਹੜਾ ਹੈਗਾ ਕਿਸ ਤਰ੍ਹਾਂ ਸਾਰੇ ਦਾ ਸਾਰਾ ਜਿਹੜਾ ਕਿਸਾਨ ਤੋਂ ਉਹਨਾਂ ਨਾਲ ਚੱਲ ਰਿਹਾ। ਸੋ ਜੇਕਰ ਤੁਸੀਂ ਅਫਵਾਹਾਂ 'ਤੇ ਵਿਸ਼ਵਾਸ ਕਰਨਾ ਤਾਂ ਕਰ ਸਕਦੇ ਹੋ, ਵਹਿਮ ਪਾਲ ਸਕਦੇ ਹੋ, ਲੋਕ ਦੇਖੋ ਕਿੰਨੇ ਆ ਰਹੇ ਆ ਦੇਖਣ ਵਾਸਤੇ ਹਵੇਲੀਆਂ ਨੂੰ। ਇਸ ਤਰ੍ਹਾਂ ਹੀ ਜਿਹੜਾ ਹੈਗਾ ਪਿਆਰ ਆ ਇੱਥੇ ਬਣਿਆ ਰਹਿੰਦਾ, ਲੋਕ ਇੱਕ ਦੂਜੇ ਨਾਲ ਮਿਲੇ ਰਹਿੰਦੇ ਆ, ਜੁੜਦੇ ਰਹਿੰਦੇ ਆ। ਸੋ ਬਣੇ ਰਹੋ ਗੁਰਪ੍ਰੀਤ ਕੋਟਲੀ ਯੂਟਿਊਬ ਚੈਨਲ ਨਾਲ, ਗੁਰਪ੍ਰੀਤ ਫੇਸਬੁੱਕ ਪੇਜ ਨਾਲ, ਗੁਰਪ੍ਰੀਤ ਐਸ ਕੋਟਲੀ ਮੇਰਾ ਟਵਿੱਟਰ 'ਤੇ ਅਕਾਊਂਟ ਆ, ਗੁਰਪ੍ਰੀਤ ਕੋਟਲੀ ਅਫੀਸ਼ੀਅਲ ਸਾਡਾ ਇੰਸਟਾਗ੍ਰਾਮ 'ਤੇ ਆ, ਤਾਂ ਕਿ ਤੁਹਾਨੂੰ ਜਿਹੜਾ ਹੈਗਾ ਇੱਥੋਂ ਦਾ ਕਿਸਾਨੀ ਅੰਦੋਲਨ ਦੀ ਜਿਹੜੀ ਰਿਐਲਿਟੀ ਆ ਅਸਲ ਦੇ ਵਿੱਚ ਜਿਹੜਾ ਸੱਚ ਆ ਉਹ ਮਿਲਦਾ ਰਹੇ। ਨਹੀਂ ਤਾਂ ਤੁਹਾਨੂੰ ਮੈਂ ਦੱਸਦਾ ਵੀ ਪਹਿਲਾਂ ਗੋਦੀ ਮੀਡੀਆ ਵਾਲੇ ਤਾਂ ਕੱਲ੍ਹ ਫੜੀ ਆ ਜੀ ਨਿਊਜ਼ ਵਾਲੇ, ਤੁਸੀਂ ਦੇਖਿਆ ਹੋਣਾ ਉਹ ਜਿਹੜੇ ਤਰੀਕਣ ਦੀ ਚੈਟ ਆ ਉਹ ਵੀ ਤੁਹਾਡੇ ਹੱਥਾਂ ਦੇ ਵਿੱਚ ਗਈ ਆ। ਉਹ ਤੋਂ ਬਿਨਾਂ ਜਿਹੜਾ ਹੁਣ ਬਹੁਤ ਵੱਡੀਆਂ ਆਈਡੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀਆਂ ਦੇ ਨਾਂ 'ਤੇ ਬਣਾ ਕੇ ਸਾਡੀਆਂ ਫੋਟੋਆਂ ਲਾ ਕੇ ਸਾਡੇ ਹੀਰੋ ਦੀਆਂ ਫੋਟੋਆਂ ਲਾ ਕੇ ਤੁਹਾਨੂੰ ਲਗਾਤਾਰ ਜਿਹੜਾ ਹੈਗਾ ਅੰਦੋਲਨ ਨੂੰ ਡਿਪਲੀਸ਼ਨ ਦੇ ਸਾਈਡ ਮਤਲਬ ਕਿ ਉਹਨੂੰ
खेरू खेरू दिखाने की कोशिश की जा रही है, पर ताड़ा भरा गुरप्रीत कोटली हमेशा आखिरी साह तक इतने जोड़ा है तो अंदोलन की रैलिटी दिखाता रहेगा। तुम एक बार लास्ट व्यू माड़ा दिखा दे, उदो बाद खत्म कर दें। सो लगातार अपडेटा लैन वास्ते गुरप्रीत कोटली यूट्यूब चैनल, गुरप्रीत कोटली फेसबुक पेज, गुरप्रीत एस कोटली ट्विटर अकाउंट, गुरप्रीत कोटली ऑफिशियल इंस्टाग्राम से, किसान एकता साड़ी वैबसाइट के नाल बने रहो। ता बहुत बहुत धन्यवाद।